ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਗਜਰੇਲਾ ਬਣਾਵਾਂਗੇ। ਗਜਰੇਲਾ ਬਣਾਉਣ ਲਈ 1 ਕਿਲੋ ਗਾਜਰਾਂ ਲਈਆਂ ਆ। ਹੁਣ ਦੇਖੋ ਬਾਜ਼ਾਰ ਦੇ ਵਿੱਚ ਗਾਜਰਾਂ ਜਿਹੜੀਆਂ ਆ, ਇਹਦਾ ਪਤਲੀਆਂ ਅਤੇ ਲਾਲ ਗਾਜਰਾਂ ਮਿਲਦੀਆਂ ਆ। ਇਹ ਗਾਜਰਾਂ ਦੇ ਵਿੱਚ ਸਾਨੂੰ ਕੋਈ ਵੀ ਇਹਦੇ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ। ਗਜਰੇਲਾ ਬਹੁਤ ਵਧੀਆ ਬਣੂਗਾ, ਇੱਕਦਮ ਲਾਲ, ਜਿਵੇਂ ਬਾਜ਼ਾਰ ਦਾ ਰੰਗ ਪਾ ਕੇ ਗਜਰੇਲਾ ਬਣਾਇਆ ਹੁੰਦਾ ਆ, ਬਿਲਕੁਲ ਉਸੇ ਤਰ੍ਹਾਂ ਦਾ ਤਿਆਰ ਹੋਊਗਾ। ਗਾਜਰਾਂ ਨੂੰ ਛਿੱਲ ਕੇ ਇਹਨੂੰ ਆਪਾਂ ਧੋ ਲਿਆ। ਧੋਣ ਤੋਂ ਬਾਅਦ ਹੁਣ ਇਹਨੂੰ ਅਸੀਂ ਕੱਦੂਕਸ ਕਰ ਲੈਣਾ ਆ। ਇਸ ਗਜਰੇਲੇ ਦੇ ਵਿੱਚ ਆਪਾਂ ਖੋਏ ਦਾ ਇਸਤੇਮਾਲ ਨਹੀਂ ਕਰਨਾ, ਸਿਰਫ ਦੁੱਧ ਪਾ ਕੇ ਆਪਾਂ ਗਜਰੇਲਾ ਬਣਾਵਾਂਗੇ। ਬਹੁਤ ਵਧੀਆ ਬਣ ਕੇ ਤਿਆਰ ਹੋਊਗਾ। ਕੱਦੂਕਸ ਕਰਨ ਲਈ ਅਸੀਂ ਮੋਟੀ ਸਾਈਡ ਦਾ ਇਸਤੇਮਾਲ ਕਰਾਂਗੇ। ਹਲਵਾਈ ਜਿਹੜੇ ਆ ਉਹ ਮੋਟੀ ਸਾਈਡ ਤੋਂ ਹੀ ਗਾਜਰ ਕੱਦੂਕਸ ਕਰਦੇ ਆ। ਗਾਜਰਾਂ ਹੋ ਗਈਆਂ ਕੱਦੂਕਸ। ਗਜਰੇਲੇ ਨੂੰ ਬਣਾਉਣ ਲਈ 1 ਕਿਲੋ ਫੁੱਲ ਕਰੀਮ ਦੁੱਧ ਲਿਆ ਆ। ਇਹ ਉਬਲਿਆ ਹੋਇਆ ਦੁੱਧ ਆ, ਜੇ ਤੁਸੀਂ ਕੱਚਾ ਦੁੱਧ ਲੈਣਾ ਚਾਹੋ ਕੱਚਾ ਵੀ ਲੈ ਸਕਦੇ ਹੋ। ਜੇ ਕੱਚਾ ਨਾ ਹੋਵੇ, ਉਬਲਿਆ ਹੋਇਆ ਹੋਵੇ, ਫਿਰ ਤੁਸੀਂ ਇਹਨੂੰ ਮਲਾਈ ਦੇ ਨਾਲ ਹੀ ਲੈ ਲੈਣਾ ਆ, ਕਿਉਂਕਿ ਇਹਦੇ ਵਿੱਚ ਆਪਾਂ ਖੋਇਆ ਨਹੀਂ ਪਾਉਣਾ। ਇਸ ਕਰਕੇ ਦੁੱਧ ਜਿਹੜਾ ਆ ਫੁੱਲ ਕਰੀਮ ਤੁਸੀਂ ਲੈਣਾ ਆ। ਦੁੱਧ ਨੂੰ ਅਸੀਂ ਇੱਕ ਸਾਈਡ ਦੇ ਉੱਤੇ ਇੱਦਾਂ ਪੱਕਣ ਲਈ ਰੱਖ ਦੇਣਾ ਆ। ਦੁੱਧ ਨੂੰ ਆਪਾਂ ਗਾੜਾ ਕਰਨਾ ਆ ਅਤੇ ਦੂਸਰੀ ਸਾਈਡ 'ਤੇ ਆਪਾਂ ਗਾਜਰਾਂ ਨੂੰ ਘਿਓ ਦੇ ਵਿੱਚ ਭੁੰਨ ਕੇ ਤਿਆਰ ਕਰ ਲੈਣਾ ਆ। ਕੜਾਹੀ ਦੇ ਵਿੱਚ ਪਾਵਾਂਗੇ 1 ਚਮਚਾ ਘਿਓ ਦਾ। ਘਿਓ ਨੂੰ ਅਸੀਂ ਥੋੜ੍ਹਾ ਜਿਹਾ ਗਰਮ ਕਰ ਲੈਣਾ ਆ। ਘਿਓ ਹੋ ਗਿਆ ਗਰਮ। ਗਾਜਰਾਂ ਨੂੰ ਭੁੰਨਣ ਤੋਂ ਪਹਿਲਾਂ ਆਪਾਂ ਥੋੜ੍ਹੇ ਜਿਹੇ ਡਰਾਈ ਫਰੂਟਸ ਲਏ ਆ, ਇਹਨਾਂ ਨੂੰ ਅਸੀਂ ਭੁੰਨ ਕੇ ਤਿਆਰ ਕਰਨਾ। 8-10 ਬਦਾਮ, 8-10 ਕਾਜੂ ਆ, 15-20 ਲਏ ਆ ਪਿਸਤਾ। ਇਹ ਡਰਾਈ ਫਰੂਟਸ ਅਸੀਂ ਥੋੜ੍ਹੇ ਜਿਹੇ ਭੁੰਨ ਕੇ ਗਜਰੇਲੇ ਦੇ ਵਿੱਚ ਪਾਵਾਂਗੇ। ਭੁੰਨ ਕੇ ਡਰਾਈ ਫਰੂਟਸ ਪਾਉਣ ਦੇ ਨਾਲ ਡਰਾਈ ਫਰੂਟਸ ਦਾ ਸਵਾਦ ਵੀ ਵੱਧ ਜਾਂਦਾ ਆ ਅਤੇ ਇੱਕਦਮ ਇਹਦੇ ਵਿੱਚ ਕੁਰਕੁਰਾਪਨ ਆ ਜਾਂਦਾ ਆ। ਬਾਕੀ ਡਰਾਈ ਫਰੂਟਸ ਆਪਸ਼ਨਲ ਨੇ, ਜਿਹੜੇ ਡਰਾਈ ਫਰੂਟਸ ਤੁਹਾਡੇ ਕੋਲ ਹੋਣ ਤੁਸੀਂ ਉਹ ਪਾ ਸਕਦੇ ਹੋ, ਜਿਹੜੇ ਨਾ ਹੋਣ ਤੁਸੀਂ ਉਹ ਡਰਾਈ ਫਰੂਟਸ ਨੂੰ ਛੱਡ ਸਕਦੇ ਹੋ। ਬਿਨਾਂ ਡਰਾਈ ਫਰੂਟਸ ਤੋਂ ਵੀ ਤੁਸੀਂ ਗਜਰੇਲਾ ਬਣਾ ਕੇ ਤਿਆਰ ਕਰ ਸਕਦੇ ਹੋ, ਤਾਂ ਵੀ ਗਜਰੇਲਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ। 1 ਮਿੰਟ ਤੱਕ ਅਸੀਂ ਇਹਨਾਂ ਨੂੰ ਭੁੰਨ ਲੈਣਾ ਆ। ਡਰਾਈ ਫਰੂਟਸ ਭੁੰਨੇ ਕੇ ਪਲੇਟ ਦੇ ਵਿੱਚ ਕੱਟ ਲੈਣਾ ਆ। ਇੱਕ ਚਮਚਾ ਘਿਓ ਦਾ ਹੋਰ ਪਾ ਦਾਂਗੇ, ਨਾਲ ਹੀ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਪਾ ਦੇਣੀਆਂ। ਗਜਰੇਲੇ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਘਿਓ ਦਾ ਇਸਤੇਮਾਲ ਨਹੀਂ ਕਰਨਾ, 3 ਕੁ ਚਮਚੇ ਅਸੀਂ ਘਿਓ ਦੇ ਪਾਉਣੇ ਆ। ਸੇਕ ਮੀਡੀਅਮ ਰੱਖਿਆ ਹੈ, ਮੀਡੀਅਮ ਸੇਕ ਦੇ ਉੱਤੇ ਅਸੀਂ ਗਾਜਰਾਂ ਨੂੰ ਭੁੰਨਣਾ ਹੈ। ਗਾਜਰਾਂ ਹਾਲੇ ਦੇਖਣ ਦੇ ਵਿੱਚ ਥੋੜ੍ਹੀਆਂ ਜਿਹੀਆਂ ਜ਼ਿਆਦਾ ਲੱਗਦੀਆਂ ਆ, ਜਦੋਂ ਇਹਨਾਂ ਨੇ ਭੁੰਨਿਆ ਜਾਣਾ ਫਿਰ ਥੋੜ੍ਹੀਆਂ ਹੋਰ ਘੱਟ ਹੋ ਚੁੱਕੀਆਂ। ਗਾਜਰਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮਿਲਾ ਲਿਆ। ਹੁਣ ਇਹਨੂੰ ਅਸੀਂ ਢੱਕ ਕੇ 5 ਕੁ ਮਿੰਟ ਵਾਸਤੇ ਪਕਾਵਾਂਗੇ। ਢੱਕ ਕੇ ਪਕਾਉਣ ਦੇ ਨਾਲ ਇਹਦੇ ਅੰਦਰ ਭਾਫ਼ ਬਣੂਗੀ ਅਤੇ ਭਾਫ਼ ਦੇ ਨਾਲ ਫਿਰ ਇਹ ਛੇਤੀ ਨਰਮ ਪੈ ਚੁੱਕੀਆਂ। 5 ਮਿੰਟ ਹੋ ਗਏ ਗਾਜਰਾਂ ਨੂੰ ਪੱਕਦੇ ਹੋਏ। ਗਾਜਰਾਂ ਦੇਖੋ ਅੱਗੇ ਨਾਲੋਂ ਨਰਮ ਪੈ ਗਈਆਂ, ਕਿਉਂਕਿ ਗਾਜਰਾਂ ਦੇ ਅੰਦਰ ਵੀ ਜੂਸ ਹੁੰਦਾ ਆ, ਉਹਦੇ ਵਿੱਚ ਵੀ ਗਾਜਰਾਂ ਆਪਣੇ ਆਪ ਪੱਕਦੀਆਂ ਰਹਿੰਦੀਆਂ। ਇੱਕ ਚਮਚਾ ਘਿਓ ਦਾ ਆਪਾਂ ਇਹਦੇ ਵਿੱਚ ਹੋਰ ਪਾ ਦੇਣਾ। ਹੁਣ ਮਿਲਾ ਦਾਂਗੇ, ਅੱਠ ਤੋਂ 10 ਮਿੰਟ ਤੱਕ ਅਸੀਂ ਇਹਨੂੰ ਹਲੇ ਹੋਰ ਭੁੰਨਣਾ ਆ। ਗਾਜਰਾਂ ਨੂੰ ਘਿਓ ਦੇ ਵਿੱਚ ਭੁੰਨਦੇ ਹੋਏ 15 ਮਿੰਟ ਹੋ ਗਏ ਆ। ਗਾਜਰਾਂ ਇੱਕਦਮ ਨਰਮ ਪੈ ਗਈਆਂ,
हूँ ये असी खंड मिला देनी आ। जो असी खंड मिलावे फिर खंड ने पानी छड़ देना आ, फिर गाजर होर पक जानिया। एक किलो गाजर 250 ग्राम आप खंड पावे, बाकी खंड तुसी अपने स्वाद के हिसाब न पा सकते हो। हलवाई 1 किलो गाजर 300 ग्राम खंड पाते आपां घर दे विच बनाउंदे पए आ, आपां थोड़ी जी घट पाई है 50 ग्राम, बाकी तुसीं इस तो भी घट पानी चाहो तो अपने स्वाद के हिसाब न घट कर सकते हो। हुण असीं इहनूं एकदम चंगे तरीके दे नाल मिला देना आ। हुण खंड ने पानी छड़ना आ, हुण इहनूं असीं ढक दांगे 5 मिनट वास्ते, इदां ही ढक के पका लेना आ। खंड पाउण दे नाल गाजरां जिहड़ियां आ देखो होर भी ज़्यादा लाल दिखण लग गईआं, क्योंकि जो आप खंड पाने फिर गाजरां का रंग होर बदल जाता है। दूसरी साइड से आप दुध नूं चैक कर लैंदे आ। दुध देखो अगे नालों थोड़ा जिहा गाढ़ा हो गया, पर असीं इहनूं चंगी तरह गाढ़ा करना आ, जिवें रबड़ी हुंदी आ उस तरीके दे नाल बना के तैयार करना। सेक मीडियम रखिया आ, मीडियम सेक के उपर आप दुध नूं पकाउंदे पए। खंड ने देखो कितना पानी छड़िया है। इस गजरेले दे विच सिर्फ आपां 3 चमचे घिओ दा इस्तेमाल किया है, क्योंकि गजरेले दे विच ज़्यादा घिओ पाने की जरूरत नहीं, बाकी जे तुसीं पाना चाहो तो पा सकते हो। अजकल वड्डे वड्डे होटलों के भी इस तरह गजरेला बनाते हैं, घिओ भी घट पाते हैं तो गजरेले नूं बिना रंग तो ही बनाते हैं। हले दे विच जिहड़ा पानी आ उहनूं आपां चंगी तरह सुकन देना है। हुण इहनूं असीं उपरों दी ढकणा नहीं, इनू खुला ही पकावे। 4-5 मिनट तक तेज सेक के उत्ते असी गाजरां नूं पका लिया। गाजरां दे विचों पानी जिहड़ा सी एकदम सुक गया आ। हुण गैस आपां एकदम घट कर देनी आ। दुध देखो एकदम गाढ़ा हो गया। हुण असी इहनूं दाणेदार बनावांगे। दाणेदार बनाउण वास्ते इहदे विच असी 2-3 बूंदा नींबू दे रस दियां पावांगे। नींबू दा रस पाउण दे नाल इहदे विच कोई भी खट्टेपन दा स्वाद नहीं आऊगा। सिर्फ दाणेदार बनाउण वास्ते आपां इहदे विच नींबू दे रस पाया है। 1 मिनट तक दुध नूं आपां पका लिया। हुण दुध नूं असी गाजरां दे विच मिला देना है। सेक तेज कर देंगे। हुण इहदे विच आपां ड्राई फ्रूट्स पा देने, थोड़े जिहे उपरों रख लाँगे, उपरों दे पाउंगे इलायची पाउडर भी पा देंगे। जे तुसीं गजरेले दे विच होर घिओ पाना चाहते हो तो तुसीं इस टाइम के उत्ते घिओ इहदे विच 1 या 2 चमचे जिन्हें भी पाने हैं पा सकते हो। बस 1 मिनट लिए असी हुण इहनूं पकावांगे। गजरेला तैयार है बन के। गजरेला देखो एकदम दाणेदार बनिया आ, देख के कोई कह नहीं सकता कि आपां इहदे विच खोया नहीं मिलाया, ये दुध तो दाणेदार बनिया आ। गजरेला बहुत ज़्यादा वधिया बन के तैयार होया आ। गैस आपां बंद कर देनी है, इहनूं हुण असी प्लेट दे विच सर्व कर लेना है। ਜਿਹੜੇ ਥੋੜ੍ਹੇ ਜਿਹੇ ਡਰਾਈ ਫਰੂਟਸ ਉੱਪਰ ਰੱਖੇ ਸੀ ਉਹਨਾਂ ਨੂੰ ਅਸੀਂ ਇੱਦਾਂ ਉੱਪਰੋਂ ਦੀ ਪਾ ਦੇਣਾ ਹੈ। ਗਜਰੇਲਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਆ। ਗਜਰੇਲੇ ਦਾ ਟੈਕਸਚਰ ਦੇਖੋ ਇੱਕਦਮ ਦਾਣੇਦਾਰ ਬਣਿਆ ਆ,
ਤੇ ਘਿਓ ਵੀ ਆਪਾਂ ਇਹਦੇ ਵਿੱਚ ਬਹੁਤ ਘੱਟ ਪਾਇਆ ਆ ਤੇ ਨਾ ਅਸੀਂ ਇਹਦੇ ਵਿੱਚ ਖੋਏ ਦਾ ਇਸਤੇਮਾਲ ਕੀਤਾ ਆ। ਖੋਇਆ ਪਾਉਣ ਦੇ ਨਾਲ ਇਹਦਾ ਦਾਣੇ ਬਣਦੇ ਆ, ਪਰ ਆਪਾਂ ਦੁੱਧ ਤੋਂ ਹੀ ਇਹਦੇ ਦਾਣੇ ਬਣਾ ਕੇ ਤੇ ਦਾਣੇਦਾਰ ਜਿਹੜਾ ਗਜਰੇਲਾ ਬਣਾ ਕੇ ਤਿਆਰ ਕੀਤਾ। ਤੁਸੀਂ ਇਹ ਗਜਰੇਲੇ ਨੂੰ ਬਣਾ ਕੇ 15-20 ਦਿਨ ਲਈ ਰੱਖ ਕੇ ਖਾ ਸਕਦੇ ਹੋ। ਇਹਨੂੰ ਤੁਸੀਂ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।